ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਦੋਂ ਵੀ ਫਸਲ ਦੀ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਅੱਗ ਦੇ ਨਾਲ ਸੈਂਕੜੇ ਬੂਟੇ ਵੀ ਇਸ ਦੀ ਚਪੇਟ ਵਿੱਚ ਆ ਜਾਂਦੇ ਨੇ ਅਤੇ ਵਾਤਾਵਰਨ ਵੀ ਲਗਾਤਾਰ ਦੂਸ਼ਿਤ ਹੋ ਜਾਂਦਾ ਹੈ। ਇਸ ਨਾੜ ਨੂੰ ਅੱਗ ਲਗਾਉਣ ਦੇ ਚੱਲਦਿਆਂ ਸੜਕੀ ਹਾਦਸਿਆਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਦਾ ਮਾਮਲਾ ਨਾਭਾ ਬਲਾਕ ਦੇ ਪਿੰਡ ਕੈਦੂਪੁਰ ਵਿਖੇ ਸਾਹਮਣੇ ਆਇਆ ਹੈ, ਜਿੱਥੇ ਕਿਸਾਨ ਦੇ ਵੱਲੋਂ ਆਪਣੇ ਖੇਤ ਨੂੰ ਅੱਗ ਲਗਾਈ ਗਈ ਅਤੇ ਉਹ ਅੱਗ ਸ਼ਮਸ਼ਾਨ ਘਾਟ ਵਿੱਚ ਲੱਗੇ ਫਲਦਾਰ ਬੂਟੇ ਅਤੇ ਗਰਾਊਂਡ ਦੇ ਨਾਲ ਲੱਗਦੇ ਬੂਟੇ ਪੂਰੀ ਤਰ੍ਹਾਂ ਅੱਗ ਨਾਲ ਝੁਲਸ ਕੇ ਸੁੱਕ ਗਏ ਅਤੇ ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਦੀਦਾਰ ਸਿੰਘ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਵਿੱਚ ਵੀ ਲਿਖਵਾ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਅਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਹ ਜਾਣ ਬੁੱਝ ਕੇ ਲਗਾਈ ਗਈ ਹੈ ਜੀ। ਹਾਂ ਜੀ, ਕਿਹਦੇ ਵੱਲੋਂ ਲਗਾਈ ਗਈ ਹੈ? ਇਹ ਜੀ ਮਹਿੰਦਰ ਸਿੰਘ ਦੇ ਮੁੰਡਿਆਂ ਵੱਲੋਂ ਜੀ। ਅੱਛਾ ਜੀ, ਜ਼ਮੀਨ ਲੱਗਦੀ ਹੈ ਪਿੱਛੇ? ਹਾਂ, ਉਹਨਾਂ ਦੀ ਜ਼ਮੀਨ ਪਿੱਛੇ ਲੱਗਦੀ ਹੈ ਜੀ। ਜਾਣ ਬੁੱਝ ਕੇ ਕੰਮ ਕਰ ਰਹੇ ਨੇ ਜੀ ਇਹ। ਫਲਦਾਰ ਬੂਟੇ ਫੂਕਦੇ ਸਾਰੇ? ਹਾਂ, ਸਾਰਿਆਂ ਨੂੰ ਫਲ ਲੱਗੇ ਹੋਏ ਤੇ ਜੀ, ਬੂਟਿਆਂ ਨੂੰ ਜੀ, ਮਰੂਦਾਂ ਨੂੰ, ਅੰਬਾਂ ਜੀ, ਚੀਕੂਆਂ ਦੇ ਬੂਟੇ ਤੇ ਜੀ, ਬਸ ਜਾਣ ਬੁੱਝ ਕੇ ਕਰ ਰਹੇ ਨੇ ਜੀ। ਕੋਈ ਕਾਰਨ ਨਹੀਂ ਪਤਾ ਲੱਗਾ ਕਿ ਕਿਉਂ ਲਾਈ ਆ? ਕਾਰਨ ਤਾਂ ਹੁਣ ਇਹਨਾਂ ਨੇ ਇੰਨੀ ਹਵਾ ਤੇਜ਼ 'ਚ ਅੱਗ ਲਾ ਕੇ ਆਪ ਘਰ ਨੂੰ ਵੱਗ ਗਏ ਜੀ। ਇਹਨਾਂ ਨੇ ਇਹ ਕੰਮ ਕਰਿਆ ਜੀ। ਹਾਂ ਜੀ, ਇਹ 550 ਸਾਲੇ 'ਚ ਅਸੀਂ ਨੇ ਲਾਏ ਤੇ ਜੀ, ਵਿਕਾਸ ਪੁਰਬ ਜੀ, ਜਾਂ ਸਾਤੋਂ ਸਰਕਾਰ ਵੱਲੋਂ ਲਵਾਏ ਗਏ ਤੇ ਅਸੀਂ ਪੂਰੀ ਇਹਨਾਂ ਦੀ ਸਾਂਭ ਸੰਭਾਲ ਰੱਖਦੇ ਹਾਂ ਜੀ। ਟੋਟਲ ਕਿੰਨੇ ਬੂਟੇ ਲਗਾਏ ਗਏ ਸੀ? ਸਾਡੇ ਬੂਟਾ ਲੱਗਿਆ ਸੀ 550। ਇਹ ਕਿੰਨੇ ਹੁਣ ਖਰਾਬ ਕਰਤੇ ਇੱਥੇ ਵੀ ਲਾਇਆ? ਖਰਾਬ ਵੀ ਹੁਣ 50 ਬੂਟੇ ਕਰਤੇ ਜੀ, ਉਰੇ 50-60 ਕਰਤੇ, ਉੱਪਰ ਗਾਂ ਬੜਿਆਂ ਨੂੰ ਵੀ ਸੇਕ ਲਾਤਾ ਜੀ। ਤੁਸੀਂ ਇਸ ਬਾਬਤ ਕਿਸੇ ਨੂੰ ਦੱਸਿਆ ਨਹੀਂ? ਅਧਿਕਾਰੀ ਨੂੰ, ਪੁਲਿਸ ਅਧਿਕਾਰੀ ਨੂੰ? ਪੁਲਿਸ ਅਧਿਕਾਰੀ ਨੂੰ ਦੱਸਿਆ ਜੀ, ਰਿਪੋਰਟ ਲਿਖਾਈ ਹੋਈ ਹੈ ਜੀ। ਹਾਂਜੀ, ਆਪ ਖੇਤੀਬਾੜੀ ਕਰਦੇ ਨੇ ਜੀ, ਇੱਕ ਯੂਨੀਵਰਸਿਟੀ 'ਚ ਲੱਗਿਆ ਹੋਇਆ ਜੀ। ਬਹੁਤ ਔਖੇ ਪਾਲੇ ਨੇ ਜੀ, ਰਾਤਾਂ ਨੂੰ ਮੋਟਰਾਂ ਚਲਾ ਚਲਾ ਕੇ ਜੀ ਤਾਂ ਇਹਨਾਂ ਨੂੰ ਪਾਲਦੇ ਹਾਂ ਜੀ। ਆ ਪਹਿਲਾਂ 24 ਘੰਟੇ ਵਾਲੀ ਲਾਈਟ ਤੀ, ਔਰ ਖਰਾਬ ਹੋਈ ਹੋਈ ਤੀ, ਫਿਰ ਟੈਂਕਰ ਨਾਲ ਖੁਦ ਆਪਦਾ ਮੈਂ ਡੀਜ਼ਲ ਫੂਕ ਕੇ ਟੈਂਕਰ ਨਾਲ ਬੂਟੇ ਭਰ ਕੇ ਜਾਂਦੇ ਜੀ। ਇਹ ਤਾਂ ਸਾਂਝੀ ਜਗ੍ਹਾ ਕੋਈ? ਹਾਂ ਜੀ, ਸਭ ਦਾ ਇੱਥੇ ਤਾਂ ਸਭ ਨਹੀਂ ਆਉਣਾ ਜੀ। ਹਾਂ, ਜੇ ਬੂਟੇ ਹੋਣਗੇ ਜੀ ਤਾਂ ਹੀ ਬਚਾਂਗੇ ਜੀ ਆਪਾਂ, ਜੇ ਬੂਟੇ ਹੀ ਨਹੀਂ ਹੋਣਗੇ ਆਪਾਂ ਕਿੱਥੇ ਬਚਾਂਗੇ ਜੀ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਆਹ ਹੀ ਮੰਗ ਕਰਦੇ ਹਾਂ ਵੀ ਇਨਸਾਫ਼ ਹੋਣਾ ਚਾਹੀਦਾ ਜੀ। ਪਿੰਡ ਕੈਦੂਪੁਰ ਦੀ ਪੰਚਾਇਤ ਨੇ ਦਰਖਾਸਤ ਦਿੱਤੀ ਸੀ ਵੀ ਉੱਥੇ ਚੰਦਰਪਾਨ ਵਗੈਰਾ ਦੀ ਖੇਡ ਦੇ ਮੈਦਾਨ ਦੇ ਨਾਲ ਜ਼ਮੀਨ ਲੱਗਦੀ ਹੈ ਵੀ ਉੱਥੇ ਉਹਨਾਂ ਨੇ ਅੱਗ ਲਾਈ ਸੀ ਜੋ ਦਰਖਤਾਂ ਨੂੰ ਨੁਕਸਾਨ ਹੋ ਗਿਆ ਅੱਗ ਲੱਗ ਕੇ। ਦੋਵੇਂ ਪਾਰਟੀਆਂ ਬੁਲਾਈਆਂ ਸੀ, ਦੋਵਾਂ ਪਾਰਟੀਆਂ ਦੀ ਆਪਸੀ ਤੌਰ 'ਤੇ ਗੱਲਬਾਤ ਚੱਲ ਰਹੀ ਹੈ, ਜੋ ਸਾਤੋਂ ਟਾਈਮ ਲੈ ਕੇ ਚਲੇਗੀ ਜੋ ਜੇਕਰ ਉਹਨਾਂ ਦੀ ਆਪਣੀ ਨਹੀਂ ਕੋਈ ਗੱਲ ਨਿਬੜੀ ਤਾਂ ਇਸ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਤੇਜ਼ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।